ਹਾਂਜੀ ਅਸੀਂ ਅੱਜ ਬਣਾਉਣ ਲੱਗੇ ਹਾਂ ਪੁਦੀਨੇ ਦੀ ਚਟਨੀ। ਇਹਦੇ ਵਿੱਚ ਹੈਗਾ ਅਦਰਕ, ਲਸਣ, ਹਰੀ ਮਿਰਚ, ਜਿੰਨਾ ਤੁਸੀਂ ਤਿੱਖਾ ਖਾਣਾ ਪਸੰਦ ਕਰਦੇ ਉਹਨਾਂ ਪਾ ਲਓ। ਅਤੇ ਆਹ ਹੈਗਾ ਪੁਦੀਨਾ, ਅਸੀਂ ਸਾਫ਼ ਕਰਕੇ ਦੋ ਤਿੰਨ ਵਾਰੀ ਇਹਨੂੰ ਧੋ ਲਿਆ। ਅਤੇ ਆਹ ਥੋੜ੍ਹਾ ਧਨੀਆ, ਦੋ ਟਮਾਟਰ, ਥੋੜ੍ਹਾ ਨਮਕ ਪਾਵਾਂਗੇ, ਠੀਕ ਹੈ। ਇਹਨੂੰ ਆਪਾਂ ਚੰਗੀ ਤਰ੍ਹਾਂ ਸਾਰੇ ਕੁਛ ਨੂੰ ਕੂੰਡੇ ਦੇ ਨਾਲ ਕੁੱਟ ਲਵਾਂਗੇ। ਅਸੀਂ ਤਾਂ ਬਣਾਵਾਂਗੇ ਕੂੰਡੇ ਦੇ ਵਿੱਚ, ਕਿਉਂਕਿ ਚਟਨੀ ਇਹ ਜ਼ਿਆਦਾ ਸਵਾਦ ਲੱਗਦੀ ਹੈ, ਮਿਕਸੀ 'ਚ ਸਵਾਦ ਨਹੀਂ ਬਣਦੀ ਚਟਨੀ। ਨਮਕ ਪਾ ਕੇ ਤੁਹਾਨੂੰ ਆਪਾਂ ਹੁਣ ਟੰਗ ਚੰਗੀ ਤਰ੍ਹਾਂ, ਜੇ ਸਾਰੀ ਚਟਨੀ ਬਣ ਗਈ ਤੁਹਾਨੂੰ ਫਿਰ ਦਿਖਾਵਾਂਗੇ। ਹੁਣ ਪਾਵਾਂਗੇ ਪੁਦੀਨਾ। ਕਿਉਂਕਿ ਪੁਦੀਨੇ ਨੂੰ ਵੀ ਬਹੁਤ ਜ਼ਿਆਦਾ ਬਰੀਕ ਕਰਨਾ ਪੈਂਦਾ, ਜਿੰਨਾ ਬਰੀਕ ਕਰਾਂਗੇ ਉਨੀ ਚਟਨੀ ਸਵਾਦ ਲੱਗੂਗੀ। ਜੇ ਇੱਕ ਦੋ ਦਿਨ ਚਟਨੀ ਰੱਖਣੀ ਨਾ ਤਾਂ ਪਿਆਜ਼ ਨਾ ਪਾਓ, ਬਸ ਬਿਨਾਂ ਪਿਆਜ਼ ਤੋਂ ਬਣਾ ਲਓ। ਧਨੀਆ, ਧਨੀਆ ਵੀ ਆਪਾਂ ਨੂੰ ਵਿੱਚੇ ਕੁੱਟ ਲਾਂਗੇ ਨਾ। ਹਾਂਜੀ ਚਟਨੀ ਬਣ ਕੇ ਤਿਆਰ ਆ ਪੁਦੀਨੇ ਦੀ। ਅਤੇ ਇਹਦੇ ਵਿੱਚ ਨਾ ਪਿਆਜ਼ ਨਹੀਂ ਪਾਉਣਾ, ਕਿਉਂਕਿ ਫਿਰ ਚਟਨੀ ਛੇਤੀ ਖਰਾਬ ਹੋ ਜਾਂਦੀ ਹੈ। ਹੁਣ ਇਹ ਖਰਾਬ ਨਹੀਂ ਹੋਣੀ, ਭਲਾ ਦੋ ਤਿੰਨ ਦਿਨ ਤੁਸੀਂ ਫ੍ਰਿਜ 'ਚ ਰੱਖ ਸਕਦੇ ਹੋ ਸਟੋਰ ਕਰਕੇ। ਦੁਨੀਆ ਰੰਗ ਬਿਰੰਗੀ ਦੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ, ਮੇਰੀ ਵੀਡੀਓ ਜ਼ਰੂਰ ਵੇਖਿਆ ਕਰੋ, ਕਿਉਂਕਿ ਥੋੜ੍ਹੀ ਜਿਹੀ ਮੈਨੂੰ ਸਪੋਰਟ ਦੀ ਲੋੜ ਹੈ। ਇਸ ਕਰਕੇ ਮੇਰੀ ਵੀਡੀਓ ਜ਼ਰੂਰ ਦੇਖੋ, ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰੋ।